ਪੀਰਾਂ ਫਕੀਰਾਂ ਨੂੰ ਮੰਨਣ ਵਾਲੀਆਂ ਸਭ ਰੂਹਾਂ ਨੂੰ ਅਸਲਾਮ ਅਲੈਕਮ ਜੀ। ਤੁਸੀਂ ਦੇਖ ਰਹੇ ਹੋ ਫਕੀਰ ਦੀ ਰੰਗ ਚੈਨਲ, ਇੱਕ ਵਾਰ ਫਿਰ ਹਾਜ਼ਰ ਹਾਂ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ। ਅੱਜ ਦੇ ਪੈਗਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਆਪ ਸਭ ਨੂੰ ਅੱਜ ਦਾ ਇਹ ਦਿਨ ਵੀਰਵਾਰ ਜੇਠਾ ਵੀਰਵਾਰ ਮੁਬਾਰਕ ਹੋਵੇ ਜੀ। ਇਸ਼ਕ ਨਾਲ ਰੰਗੀਆਂ ਰੂਹਾਂ ਦੇ ਲਈ ਇਹ ਖਾਸ ਦਿਨ ਹੁੰਦਾ। ਅਸੀਂ ਆਪਣੇ ਮੁਰਸ਼ਦ ਨੂੰ, ਪੀਰ ਨੂੰ ਯਾਦ ਕਰਦੇ ਹਾਂ, ਸਜਦਾ ਸਲਾਮ ਕਰਦੇ ਹਾਂ, ਚਿਰਾਗ ਰੋਸ਼ਨ ਕਰਦੇ ਹਾਂ। ਦੁਆ ਬੇਨਤੀਆਂ ਫਰਿਆਦਾਂ, ਇਸ਼ਕ ਦੀ ਤਸਵੀਰ ਤੋਂ ਮਾਲਕ ਨਜ਼ਰ ਕਰਮ ਕਰਦੇ ਨੇ। ਤੋ ਅੱਜ ਦੇ ਇਸ ਪੈਗਾਮ ਵਿੱਚ ਆਪ ਦੇ ਨਾਲ ਗੱਲ ਸਾਂਝੀ ਕਰਾਂਗਾ ਕਿ ਜਲਾਲੀ ਪੀਰ ਕਿਹੜੇ ਨੇ। ਆਪ ਜਾਣਦੇ ਹੋ ਕਿ ਬਹੁਤ ਸਾਰੇ ਪੀਰ, ਫਕੀਰ, ਬਲੀ, ਨਬੀ, ਪੈਗੰਬਰ, ਔਲੀਏ, ਤੋ ਇਹਨਾਂ ਦੇ ਵਿੱਚ ਜਲਾਲੀ ਪੀਰ ਵੀ ਨੇ, ਅਤੇ ਉਹ ਕਿਹੜੇ ਨੇ ਉਹਨਾਂ ਦੇ ਬਾਰੇ ਅੱਜ ਦੇ ਇਸ ਪੈਗਾਮ ਵਿੱਚ ਗੱਲ ਸਾਂਝੀ ਕਰਾਂਗਾ। ਤੋ ਪੈਗਾਮ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਚੰਗਾ ਲੱਗੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ। ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਂ 'ਤੇ ਜੋ ਹਰ ਇੱਕ 'ਤੇ ਮਿਹਰਬਾਨ ਔਰ ਨਿਗਹਿਬਾਨ ਹੈ। ਆਪ ਜਾਣਦੇ ਹੋ ਕਿ ਇਸ ਧਰਤੀ ਦੇ ਉੱਪਰ ਬਹੁਤ ਵੱਡਾ ਨਿਜ਼ਾਮ ਹੈ, ਬਹੁਤ ਲੰਬੀ ਕਤਾਰ ਹੈ। ਜੇ ਆਪਾਂ ਗੱਲ ਕਰੀਏ ਕਿ 12 ਇਮਾਮ, 14 ਮਾਸੂਮ, 41 ਮਲੰਗ, 5 ਪੀਰ, ਅਤੇ ਇਸ ਤੋਂ ਅੱਗੇ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਚੱਲਦੀਆਂ ਨੇ, 5 ਤਨ ਪਾਕ ਹੋ ਗਏ, ਅਤੇ ਫਿਰ ਆਪਾਂ ਜੇ ਗੱਲ ਕਰੀਏ ਕਿ 9 ਨਾਥ, 84 ਸਿੱਧ, 2200 ਖਵਾਜਾ, 2300 ਕੁਤਬ, ਇਹਨਾਂ ਦੇ ਵਿੱਚ ਬਹੁਤ ਸਾਰੇ ਪੀਰ ਐਸੇ ਨੇ ਕਿ ਜਿਹੜੇ ਜਲਾਲੀ ਨੇ। ਜਲਾਲੀ ਪੀਰ ਜਿਹੜੇ ਨੇ ਉਹਨਾਂ ਦੇ ਬਾਰੇ ਅੱਜ ਦੇ ਇਸ ਪੈਗਾਮ ਵਿੱਚ ਗੱਲ ਸਾਂਝੀ ਆਪਾਂ ਕਰਨੀ ਹੈ, ਕਿਉਂਕਿ ਸਾਡਾ ਇਸ਼ਕ ਹੈ ਸਖੀ ਸਰਬ ਲੱਖ ਦਾ ਪੀਰ ਜੀ ਦੇ ਨਾਲ, ਗੌਂਸ ਪਾਕ ਸਰਕਾਰ ਜੀ ਦੇ ਨਾਲ, ਮੌਲਾ ਅਲੀ ਜੀ ਦੇ ਨਾਲ, ਹੈਦ ਸ਼ੇਖ ਸਰਕਾਰ, ਮੀਆਂ ਜਿੰਦਾ ਸ਼ਾਮਦਾਰ ਸਰਕਾਰ, ਤੋਂ ਹੋਰ ਖਵਾਜਾ ਸਾਹਿਬ, ਖਵਾਜ ਖਿਜ਼ਰ ਅਲ ਸਲਾਮ, ਖਵਾਜਾ ਗਰੀਬ ਨਵਾਜ਼, ਤੋ ਇਸ ਤਰ੍ਹਾਂ ਅਸੀਂ ਬਾਬਾ ਫਰੀਦ ਜੀ ਨੂੰ ਵੀ ਯਾਦ ਕਰਦੇ ਹਾਂ, ਹੋਰ ਜਿੰਨੇ ਮੁਕਾਮ ਨੇ, ਜਿੰਨੇ ਵੀ ਹੋਰ ਪੀਰ ਫਕੀਰ ਉਹਨਾਂ ਨੂੰ ਵੀ ਯਾਦ ਕਰਦੇ ਹਾਂ। ਅਤੇ ਸਾਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਅਸੀਂ ਕਿਹੜੇ ਸਰਕਾਰ ਨੂੰ ਯਾਦ ਕਰਦੇ ਹਾਂ, ਉਹਨਾਂ ਸਰਕਾਰਾਂ ਦਾ ਰੁਤਬਾ ਕੀ ਹੈ। ਤੋ ਆਪਾਂ ਅੱਜ ਗੱਲ ਕਰਦੇ ਹਾਂ ਕਿ ਦੇਖੋ ਜਿੱਦਾਂ ਸਖੀ ਸਰਬ ਲੱਖ ਦਾ ਪੀਰ ਜੀ ਨੇ, ਇਹ ਵੀ ਬਹੁਤ ਆਪਾਂ ਇੱਕ ਗਿਣੇ ਜਾਂਦੇ ਨੇ ਕਿ ਜਲਾਲੀ ਵੀ ਨੇ, ਕਿਉਂਕਿ ਇਹ ਆਪਣੇ ਸੁੱਖ ਨਹੀਂ ਛੱਡਦੇ। ਅਤੇ ਕਦੋਂ ਵੀ ਆਪਾਂ ਸੁੱਖ ਲਈਏ ਅਤੇ ਮੁੜ ਕੇ ਆਪਾਂ ਸਾਡੀ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਂ ਅੱਗੇ ਜਾ ਕੇ, ਕਹਿੰਦੇ ਸੱਤਾਂ ਪੁਸਤਾਂ ਬਾਅਦ ਵੀ ਜੇ ਕਿਤੇ ਗੱਲ ਬੋਲੇ ਤਾਂ ਇਹ ਤਾਂ ਵੀ ਸੁੱਖ ਲੈ ਲੈਂਦੇ ਨੇ, ਇਹ ਛੱਡਦੇ ਨਹੀਂ। ਜਿਹਨੇ ਕਦੇ ਸੁੱਖ ਲਿਆ ਉਹਨੂੰ ਛੱਡਦੇ ਨਹੀਂ, ਫਿਰ ਮਾਫ਼ ਨਹੀਂ ਕਰਦੇ, ਸੁੱਖ ਲੈਣੀ ਹੀ ਲੈਣੀ ਹੈ। ਇਹ ਹੁੰਦੇ ਨੇ ਜਲਾਲੀ, ਵੀ ਜਲਾਲ ਹੈ, ਗੁੱਸਾ ਹੈ, ਛੱਡਣਾ ਨਹੀਂ, ਮਾਫ਼ ਨਹੀਂ ਕਰਨਾ, ਸੁੱਖ ਜੇ ਸੁੱਖੀ ਹੈ ਤਾਂ ਦੇਣੀ ਹੀ ਪਵੇਗੀ। ਤੋ ਉਸ ਤੋਂ ਬਾਅਦ ਜਿਹੜੀ ਹੋਰ ਗੱਲਬਾਤ ਆਪਾਂ ਕਰੀਏ, ਅਤੇ ਸਾਬਰ ਪਾਕ ਜਿਹੜੇ ਨੇ, ਕਲੀਆ ਸ਼ਰੀਫ ਵਾਲੀ ਸਰਕਾਰ, ਸਭ ਤੋਂ ਜਲਾਲੀ ਉਹ ਮੰਨੇ ਜਾਂਦੇ ਨੇ। ਕਹਿੰਦੇ ਕਿ ਇੰਨਾ ਜਲਾਲ, ਇੰਨਾ ਉਹਨਾਂ ਦੇ ਵਿੱਚ ਗੁੱਸਾ, ਜਲਾਲ ਜਿਹੜਾ ਉਹਨੂੰ ਗੁੱਸਾ ਕਹਿੰਦਾ, ਕਿ ਜਦੋਂ ਜ਼ਿਕਰ ਬੰਦਗੀ ਕਰਦੇ ਹੁੰਦੇ ਸੀ, ਜਿਹਨਾਂ ਦੀ ਦਰਗਾਹ ਜਿਹੜੀ ਉਹਨਾਂ ਦੇ ਉੱਪਰੋਂ ਵੀ ਕੋਈ ਲੰਘਦਾ ਹੁੰਦਾ, ਪੰਛੀ, ਉਹ ਵੀ ਲੂਹ ਹੋ ਜਾਂਦਾ ਹੁੰਦਾ ਸੀ।
ਇੱਕ ਛੋਟਾ ਜਿਹਾ ਵਾਕਿਆ ਹੋਰ ਦੱਸਿਆ ਹੈ ਕਿ ਜਦੋਂ ਉਹਨਾਂ ਦੀ ਸ਼ਾਦੀ ਹੋਈ, ਜਿਹੜੀ ਉਹਨਾਂ ਦੀ ਪਤਨੀ ਸੀ, ਜਦੋਂ ਉਹ ਉਹਨਾਂ ਦੇ ਕੋਲ ਆਏ ਅਤੇ ਉਹ ਆਪਣੇ ਜ਼ਿਕਰ ਦੇ ਵਿੱਚ ਸੀਗੇ ਅਤੇ ਪਤਨੀ ਪਿੱਛੇ ਆ ਕੇ ਬੈਠੀ ਅਤੇ ਪਿੱਛੇ ਨੂੰ ਮੁੜ ਕੇ ਦੇਖਿਆ, ਕਹਿੰਦੇ ਸੁਬਾਹ ਹੋ ਗਿਆ ਸੀ, ਲੂਹ ਹੋ ਗਿਆ ਸੀ। ਇਹ ਕਿਤਾਬਾਂ ਦੇ ਵਿੱਚ ਜਿਹੜੇ ਵਾਕਿਆ ਪੜ੍ਹਨ ਨੂੰ ਮਿਲਦੇ ਨੇ। ਤੋ ਸਭ ਤੋਂ ਜਲਾਲੀ ਪੀਰ ਉਹ ਨੇ, ਅਤੇ ਇਸ ਲਈ ਕਿਹਾ ਜਾਂਦਾ ਕਿ ਸਾਬਰ ਪਾਕ ਸਰਕਾਰ ਦੇ ਦਰਬਾਰ ਦੇ ਉੱਪਰ ਭੂਤਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ, ਜਿਸ ਦੀ ਕੋਈ ਕਲੀਅਰ ਸ਼ਰੀਫ ਰੁੜਕੀ ਹੈਗਾ। ਜਦੋਂ ਆਪਾਂ ਜਾਂਦੇ ਹਾਂ ਅਤੇ ਉੱਥੇ ਕਿਸੇ ਦੀ ਕੋਈ ਕਸਰ ਹੈ, ਕੋਈ ਨਹੀਂ ਠੀਕ ਹੁੰਦਾ, ਜੋ ਉਹਦੀ ਕੋਈ ਤੰਗ ਪਰੇਸ਼ਾਨੀ ਦੇ ਵਿੱਚ ਰਹਿੰਦਾ, ਉੱਥੇ ਫਿਰ ਲਿਜਾਇਆ ਜਾਂਦਾ ਉਹਨੂੰ ਸਰਕਾਰ ਦੇ ਰੋਜੇ ਦੇ ਆਲੇ ਦੁਆਲੇ। ਕਹਿੰਦੇ ਨੇ ਇੱਕ ਸਰਾਂ ਹੈ ਨਾ ਲੱਗੀ ਹੋਈ ਜਾਲੀ, ਉਸਨੂੰ ਜਦੋਂ ਕੋਈ ਫੜਦਾ ਹੈ ਅਤੇ ਫਿਰ ਉਹ ਜੋ ਵੀ ਅੰਦਰ ਚੀਜ਼ ਹੋਵੇ ਉਹ ਲੁੱਟ ਜਾਂਦੀ ਹੈ। ਤੋ ਇਸ ਕਰਕੇ ਸਾਬਰ ਪਾਕ ਜੀ ਨੂੰ ਸਭ ਤੋਂ ਜਲਾਲੀ ਪੀਰ ਮੰਨਿਆ ਜਾਂਦਾ। 41 ਮਲੰਗਾਂ ਦੀ ਜੇ ਗੱਲ ਕਰੀਏ ਤਾਂ ਇਹ ਵੀ ਬਹੁਤ ਜਲਾਲੀ ਨੇ, ਇਹ ਵੀ ਛੱਡਦੇ ਨਹੀਂ। ਜੇ ਇੱਕ ਵਾਰੀ ਸੁੱਖ ਲਿਆ ਜਾਂ ਇਹਨਾਂ ਸਮਾਨ ਅਤੇ ਨਹੀਂ ਦਿੱਤਾ ਤਾਂ ਇਹ ਰਸਤਾ ਰੋਕ ਲੈਂਦੇ ਨੇ। 41 ਦੇ 41 ਲੋਕਾਂ ਦੀ ਖੁਆਪਾਂ ਦੀ ਆਪਾਂ ਇੱਕ ਨੂੰ ਸਾਂਭਣਾ ਔਖਾ, 41 ਦੀ ਫੌਜ ਜਦੋਂ ਆਉਂਦੀ ਹੈ ਅਤੇ ਇਹ ਵੀ ਧੂੜ ਪੜ ਦਿੰਦੇ ਨੇ। ਤੋ ਇਸ ਕਰਕੇ ਇਹਨਾਂ ਇਹ ਜਿਹੜੇ ਹੋਰ ਵੀ ਬਹੁਤ ਸਾਰੇ ਪੀਰ ਨੇ, ਅਗਰ ਆਪਾਂ ਉਹਨਾਂ ਦੀ ਗੱਲ ਕਰੀਏ ਤੋ ਇਹ ਜਿਹੜੀ ਵੀਡੀਓ ਹੈ ਬਹੁਤ ਲੰਬੀ ਹੋ ਜਾਵੇਗੀ। ਤੋ ਕਈ ਦੋਸਤ ਐਸੇ ਨੇ ਉਹ ਕਹਿੰਦੇ ਨੇ ਕਿ ਵੀਡੀਓ ਲੰਬੀ ਨਾ ਪਾਇਆ ਕਰੋ, ਛੋਟੀ ਪਾਇਆ ਕਰੋ, ਅਤੇ ਅੱਜ ਕੱਲ੍ਹ ਟਰੈਂਡ ਛੋਟੀ ਦਾ ਹੈ। ਤੋ ਇਸ ਕਰਕੇ ਫਿਰ ਵੀ ਆਪਾਂ ਜਿੰਨਾ ਕੁ ਸਫੀਸ਼ੈਂਟ ਹੁੰਦਾ, ਜਿੰਨਾ ਕੁ ਆਪਾਂ ਨੂੰ ਸਮਝਾਉਣਾ ਚਾਹੀਦਾ ਆਪਾਂ ਕਰੀਦਾ। ਹੋਰ ਪੀਰਾਂ ਦੇ ਬਾਰੇ ਆਪਾਂ ਜੇ ਹਿਸਟਰੀ ਪੜ੍ਹਦੇ ਹਾਂ ਅਤੇ ਜਿਹੜੇ ਕਹਿੰਦੇ ਨੇ ਕਿ ਜਿੰਦਾ ਸ਼ਾਹ ਮਦਾਰ ਪੀਰ, ਉਹ ਵੀ ਜਲਾਲੀ ਪੀਰ ਨੇ, ਉਹਨਾਂ ਦੇ ਬਾਰੇ ਵੀ ਪੜ੍ਹਿਆ, ਉਹ ਵੀ ਬਹੁਤ ਜਲਾਲ ਦੇ ਵਿੱਚ। ਤੋ ਇਸ ਤਰ੍ਹਾਂ ਆਪਾਂ ਜਦੋਂ ਹੋਰ ਸਰਕਾਰਾਂ ਬਾਰੇ ਯਾਦ ਕਰਦੇ ਹਾਂ, ਪੜ੍ਹਦੇ ਹਾਂ, ਦੇਖਦੇ ਹਾਂ, ਫਿਰ ਆਪਾਂ ਨੂੰ ਸਮਝ ਲੱਗਦਾ ਕਿ ਕਿਹੜੇ ਜਲਾਲੀ ਨੇ, ਉਹਨਾਂ ਦੇ ਵਾਕਿਆਤ ਜਿਹੜੇ ਲਿਖੇ ਨੇ ਉਹਨਾਂ ਤੋਂ ਪਤਾ ਲੱਗ ਜਾਂਦਾ। ਵੈਸੇ ਜੀ ਗੱਲ ਕਰੀਏ ਕਿ ਜੇ ਇੱਕ ਇੱਕ ਸਮਾਂ ਐਸਾ ਹੁੰਦਾ ਕਿ ਜਿਸ ਸਮੇਂ ਦੇ ਵਿੱਚ ਜਿੰਨੇ ਵੀ ਪੀਰ ਫਕੀਰ ਨੇ ਸਾਰੇ ਜਲਾਲ 'ਚ ਆ ਜਾਂਦੇ ਨੇ। ਜਦੋਂ ਕੋਈ ਫਕੀਰ ਹੋਵੇ ਜਾਂ ਕੋਈ ਪੀਰ ਹੈ, ਕੋਈ ਬਲੀ ਕੁਝ ਵੀ ਹੈ, ਉਹ ਜਦੋਂ ਜਲਾਲ 'ਚ ਆ ਜਾਵੇ, ਗੁੱਸੇ ਦੇ ਵਿੱਚ ਆ ਜਾਵੇ, ਫਿਰ ਉਹ ਦੁਨੀਆ ਹਿਲਾ ਦਿੰਦੇ ਨੇ। ਮਸਤ ਜਿਹੜੇ ਨੇ ਉਹ ਵੀ ਜਲਾਲ ਦੇ ਵਿੱਚ ਜਦੋਂ ਆਏ ਤਾਂ ਉਹ ਵੀ ਮਾੜੇ ਹੁੰਦੇ ਨੇ, ਉਹ ਵੀ ਦੁਨੀਆ ਨੂੰ ਹਿਲਾ ਦਿੰਦੇ ਨੇ, ਇੱਧਰ ਦੀ ਇੱਧਰ ਅਤੇ ਇੱਧਰੋਂ ਇੱਧਰ। ਤੋ ਇਸ ਕਰਕੇ ਆਪਾਂ ਕੋਸ਼ਿਸ਼ ਕਰੀ ਹੁੰਦੀ ਹੈ ਕਿ ਕੋਈ ਫਕੀਰ ਮਿਲੇ, ਕੋਈ ਪੀਰ ਮਿਲੇ, ਕੋਈ ਵੀ ਰੱਬ ਦਾ ਪਿਆਰਾ ਮਿਲੇ, ਉਹਦੇ ਨਾਲ ਬਹਿਸ ਨਹੀਂ, ਸਿਰਫ ਸੁਣਨਾ ਹੈ, ਬੋਲਣਾ ਨਹੀਂ। ਜੋ ਸੁਣਨਾ ਉਹ ਆਪਣੇ ਅੰਦਰ ਲੈ ਕੇ ਜਾਣਾ ਕਿ ਮੈਂ ਸੁਣਿਆ ਅਤੇ ਆਪਣੇ ਅੰਦਰ ਬਸ ਪਲਟ ਕੇ ਜਵਾਬ ਜਿਹੜਾ ਉਹ ਨਹੀਂ ਦੇਣਾ, ਕੋਈ ਸਵਾਲ ਨਹੀਂ ਕਰਨਾ। ਕਿਉਂਕਿ ਜਿਹੜੇ ਫਕੀਰ ਲੋਕ ਹੁੰਦੇ ਨੇ ਇਹ ਮਨ ਦੀ ਗੱਲ ਨੂੰ ਪਹਿਲਾਂ ਪੜ੍ਹ ਲੈਂਦੇ ਨੇ, ਇਹ ਦੇ ਦੇਣ ਕਿ ਬੰਦੇ ਦੇ ਮਨ 'ਚ ਕੀ ਚੱਲਦਾ। ਇਸ ਕਰਕੇ ਆਪਾਂ ਬਚ ਕੇ ਰਹੀਏ, ਇਸ਼ਕ ਦੇ ਵਿੱਚ ਰਹੀਏ। ਸਰਕਾਰ ਰਹਿਮਤ ਕਰਦੇ ਨੇ, ਕਰਮ ਕਰਦੇ ਨੇ, ਮੰਨਣ ਵਾਲਿਆਂ ਦੀ ਝੋਲੀ ਭਰਦੇ ਨੇ, ਕਿਸੇ ਦੀ ਅੱਜ ਭਰ ਜਾਂਦੀ ਹੈ, ਕਿਸੇ ਦੀ ਦੇਰ ਨਾਲ ਭਰਦੀ ਹੈ, ਕਰਮਾਂ ਦੇ ਹਿਸਾਬ ਦੇ ਨਾਲ ਸਭ ਦੀ ਜਿਹੜੀ ਹੈ ਉਹ ਵੰਡ ਹੁੰਦੀ ਹੈ। ਜਿੱਦਾਂ ਜਿੱਦਾਂ ਦੇ ਕਰਮ ਹੈ ਉਦੋਂ ਉਦੋਂ ਦਾ ਸਾਨੂੰ ਮਿਲ ਜਾਂਦਾ। ਇਸ਼ਕ ਦੇ ਵਿੱਚ ਰਹਿਣ ਵਾਲਿਆਂ ਨੂੰ ਮਾਲਕ ਵੱਧ ਨਵਾਜ਼ਦਾ ਹੈ ਅਤੇ ਆਪਣੇ ਮਨ ਦੇ ਅੰਦਰੋਂ ਬੈਰ ਵਿਰੋਧ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਬਾਹਰ ਕੱਢੀਏ, ਇਸ਼ਕ ਦੀ ਬੰਦੀ ਕਰੀਏ, ਤਸਵੀ ਕਰੀਏ ਸਾਹਾਂ 'ਤੇ, ਮਾਲਕ ਨੂੰ ਯਾਦ ਕਰੀਏ, ਯਾਦ ਕਰੀਏ ਅਤੇ ਆਪਣੇ ਕਹਿੰਦੇ ਨੇ ਕਿ ਜਦੋਂ ਕਿਤੇ ਯਾਦ ਕਰਦੇ ਕਰਦੇ ਅੱਖਾਂ ਦੇ ਵਿੱਚੋਂ ਕੋਈ ਹੰਝੂ ਆ ਜਾਵੇ ਨਾ, ਅਤੇ ਸਮਝ ਲਈਏ ਕਿ ਜਿਹੜੀ ਦਰਗਾਹ ਦੇ ਵਿੱਚ ਗੱਲ ਬੁੱਝੀ ਆ, ਉਹ ਮਾਲਕ ਦੇ ਘਰ ਦੇ ਵਿੱਚ ਸਾਡੀ ਜਿਹੜੀ ਹੈ ਉਹ ਤਾਰ ਪਹੁੰਚ ਗਈ ਹੈ, ਮਾਲਕ ਸੁਣ ਰਿਹਾ ਹੈ। ਅਤੇ ਉਹਦੀ ਜਦੋਂ ਮਾਲਕ ਰੋਣਾ ਕਿਉਂ ਆਉਂਦਾ ਕਿ ਜਦੋਂ ਅਸੀਂ ਸਰਕਾਰ ਨੂੰ, ਸਾਡੀ ਰੂਹ ਸਰਕਾਰਾਂ ਨੂੰ ਦੇਖਦੀ ਹੈ, ਅਸੀਂ ਸਾਡੀ ਆਹ ਅੱਖਾਂ ਨਹੀਂ ਦੇਖ ਸਕਦੀ ਪਰ ਰੂਹ ਦੇਖ ਸਕਦੀ ਹੈ।
ਜਦੋਂ ਰੂਹ ਦੇਖਦੀ ਹੈ ਤਾਂ ਫਿਰ ਉਹ ਜੇ ਇੰਨਾ ਨੂਰ ਸਹਿ ਨਹੀਂ ਹੁੰਦਾ ਤਾਂ ਫਿਰ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ, ਰੋਣ ਲੱਗ ਜਾਂਦੀ ਹੈ। ਤੋ ਆਪਾਂ ਇਸ਼ਕ ਦੇ ਵਿੱਚ ਰਹਿਣਾ, ਸਰਕਾਰ ਨੂੰ ਯਾਦ ਕਰਨਾ, ਦੁਆਵਾਂ ਦੀਆਂ ਫਰਿਆਦਾਂ ਕਰਨੀਆਂ, ਮਾਲਕ ਨਜ਼ਰੇ ਕਰਮ ਕਰੇਗਾ। ਅੱਜ ਲਈ ਇੰਨਾ ਹੀ, ਜਲਦ ਹਾਜ਼ਰ ਹੋਵਾਂਗਾ ਨਵੀਂ ਵੀਡੀਓ ਨਾਲ। ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।